ਮਸਲਾ ਇੰਤਕਾਲ ਦਾ ਸੀਗਾ ਜੀ। ਜੋ ਸਰਕਾਰ ਨੇ ਕਰਪਸ਼ਨ ਦੇ ਖਿਲਾਫ ਮੁਹਿੰਮ ਵੱਢੀ ਹੋਈ ਆ ਜੀ, ਇਹ ਅਸਲ ਦੇ ਵਿੱਚ ਉਹ ਇੰਤਕਾਲ ਨੂੰ ਡਰਾ ਧਮਕਾ ਕੇ ਮਤਲਬ ਕਰਾਉਣਾ ਚਾਹੁੰਦੇ ਸੀਗੇ ਦਬਾਅ ਦੇ ਪਾ ਕੇ, ਹੋਰ ਏਦਾਂ ਦੀ ਸਰ ਕੋਈ ਗੱਲ ਨਹੀਂ ਹੈਗੀ। ਡਰਾਮਾ ਕੀਤਾ ਨਹੀਂ ਸਰ, ਕੋਈ ਡਰਾਮਾ ਨਹੀਂ ਹੈਗਾ ਜੀ। ਉਹ ਸਾਨੂੰ ਮੰਨ ਲਓ ਜੀ, ਚਾਹੇ ਕਿਸੇ ਸ਼ਰਾਰਤੀ ਬੰਦੇ ਦਾ ਪ੍ਰੈਸ਼ਰ ਲਾ ਲਓ ਜੀ, ਉਸਦੇ ਆਧਾਰ ਤੇ ਹੋ ਗਿਆ ਜੀ। ਨਹੀਂ ਸਰ, ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੇ ਜੀ। ਕਿਸੇ ਸ਼ਰਾਰਤੀ ਬੰਦੇ ਦਾ ਹੀ ਕੰਮ ਸੀਗਾ ਜੀ। 7 ਲੱਖ ਨੂੰ ਬੜਾ ਉਛਾਲਿਆ ਵਾ, 7 ਲੱਖ ਮੰਗਿਆ ਸੀ ਪਟਵਾਰੀ ਨੇ। ਨਹੀਂ ਸਰ, ਉਹਨੇ ਕੁਛ ਨਹੀਂ, ਕੋਈ ਰੁਪਿਆ ਨਹੀਂ ਮੰਗਿਆ ਜੀ। ਤੇ ਹੁਣ ਤੁਸੀਂ ਅੱਜ ਕੀ ਕਰਨਾ ਹੈ? ਅਸਲੀ ਮਾਫੀ ਮੰਗਣਾ ਚਾਹੁੰਦੇ ਆ ਜੀ, ਕੋਈ ਗੱਲ ਨਹੀਂ, ਸਾਤੋਂ ਗਲਤੀ ਹੋ ਗਈ, ਭਾਵ ਹੋ ਗਏ। ਅੱਜ ਕੱਲ੍ਹ ਕਿਹਨੇ ਆ ਇਲਜ਼ਾਮ ਲਾਉਣਾ ਅਤੇ ਭਾਜਣਾ ਇੱਕ ਫੈਸ਼ਨ ਦੀ ਗੱਲ ਬਣ ਚੁੱਕੀ ਹੈ। ਇਹੋ ਜਿਹਾ ਡਰਾਮਾ ਕੱਲ੍ਹ ਜਿਹੜਾ ਸਾਡੀ ਤਹਿਸੀਲ 'ਚ ਹੋਇਆ ਸਮਰਾਲੇ ਦੀ, ਉਹ ਮੇਰੇ ਧਿਆਨ ਦੇ ਵਿੱਚ ਹੈਗਾ। ਮਾਨਕੀ ਪਿੰਡ ਦੇ ਵਿੱਚ ਇੱਕ ਡੇਰਾ ਵੇ, ਅਤੇ ਨਿਯਮਾਂ ਅਨੁਸਾਰ ਡੇਰੇ ਦੀ ਜ਼ਮੀਨ ਜਿਹੜੀ ਹੈ ਉਹ ਜਿਹੜਾ ਮਹੰਤ ਉਹ ਐਜ਼ ਏ ਮੈਨੇਜਰ ਐਕਟ ਕਰਦਾ ਵੇ, ਉੱਥੇ ਮਾਲਕ ਨਹੀਂ ਹੁੰਦਾ, ਉਹ ਚੇਲਾ ਦਰ ਚੇਲਾ ਅੱਗੇ ਜਿਹੜੀ ਹੈ ਉਹ ਮਹੰਤੀ ਚੱਲਦੀ ਜਾਂਦੀ ਹੈ। ਉਹ ਜ਼ਮੀਨ ਦੀ ਜਿਹੜੀ ਇਨਕਮ ਹੁੰਦੀ ਹੈ ਉਹ ਵੀ ਆਪਾਂ ਖਰਚ ਨਹੀਂ ਸਕਦੇ, ਉਹਦੀ FD ਬਣਾ ਕੇ ਜਿਹੜੇ ਭਲੇ ਦੇ ਕੰਮਾਂ ਲਈ, ਉੱਥੋਂ ਦੇ ਡੇਰੇ ਦੇ ਵਿਕਾਸ ਦੇ ਕੰਮਾਂ ਲਈ ਲਾਉਣੀ ਹੁੰਦੀ ਹੈ। ਪਰ ਜੇ ਇਹ ਮਾਨਕੀ ਪਿੰਡ ਦੇ ਕੇਸ ਦੀ ਗੱਲ ਕਰੀਏ ਤਾਂ ਸਾਧੂ ਰਾਮ ਕੁਝ ਚੇਲਾ ਵੇ, ਉਹਦੇ ਬੱਚੇ ਜਿਹੜੇ ਉਹਦੀ ਵਿਰਾਸਤ ਆਪਣੇ ਨਾਂ 'ਤੇ ਟ੍ਰਾਂਸਫਰ ਕਰਾਉਣ ਲਈ ਆਏ ਸੀਗੇ। ਇਹਦੇ ਲਈ ਉਹ ਮੈਨੂੰ ਲੋਕਲ ਹਲਕਾ ਵਿਧਾਇਕ ਕੋਲ ਵੀ 2 ਵਾਰੀ ਉਹ ਗਏ ਨੇ। ਹਲਕਾ ਵਿਧਾਇਕ ਨੇ ਵੀ ਕਿਹਾ ਵੀ ਮੈਂ ਕਿਸੇ ਗਲਤ ਕੰਮ ਦੇ ਕਿਸੇ ਦਾ ਸਾਥ ਨਹੀਂ ਦੇਣਾ। ਸਾਡੇ ਜਗਤਾਰ ਸਿੰਘ ਜੀ MLA ਨੇ ਇੱਥੋਂ ਦੇ, ਉਹਨਾਂ ਨੇ ਉਹਨਾਂ ਨੂੰ ਮਨਾ ਕਰ ਦਿੱਤਾ ਵੇ। ਉਹਨਾਂ ਨੇ ਵੀ ਇਹ ਗੱਲ ਮੇਰੇ ਧਿਆਨ 'ਚ ਲਿਆਂਦੀ ਵੀ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਪਟਵਾਰੀ ਪੈਸੇ ਮੰਗਦਾ, ਅਤੇ MLA ਸਾਹਿਬ ਨੇ ਕਿਹਾ ਜੇ ਤੇ ਕੋਈ ਪਟਵਾਰੀ ਪੈਸੇ ਮੰਗਦਾ ਨਾ ਕਾਕਾ ਤੂੰ ਵਿਜੀਲੈਂਸ ਨੂੰ ਗਜਾ, ਪੈਸੇ ਦੇ ਦੇ, ਜੇ ਪਟਵਾਰੀ ਪੈਸੇ ਦੇ ਕੇ ਜਾਂ ਤਹਿਸੀਲਦਾਰ ਗਲਤ ਕੰਮ ਕਰੇਗਾ ਤਾਂ ਉਹਦੇ ਖਿਲਾਫ਼ ਕਾਰਵਾਈ ਕਰਾਂਗੇ। ਸੋ ਉਸ ਤੋਂ ਬਾਅਦ ਇਹਨਾਂ ਨੇ MLA ਸਾਹਿਬ ਕੋਲ ਵੀ ਜਾਣਾ ਬੰਦ ਕਰਤਾ। ਇਹ ਸਥਿਤੀਆਂ ਇਹ ਵਾਕਿਆ ਸਪੱਸ਼ਟ ਕਰਦੇ ਨੇ ਵੀ ਇਹਨਾਂ ਨੇ ਜਿਹੜਾ ਸਾਰਾ ਇਹ ਕੱਲ੍ਹ ਡਰਾਮਾ ਕੀਤਾ ਵੇ, ਆਪਣੀ ਜਿਹੜਾ ਗਲਤ ਜਿਹੜੀ ਇਹ ਰਜਿਸਟਰੀ ਕਰਾਉਣ ਦੇ ਚੱਕਰ ਦੇ ਵਿੱਚ ਕੀਤਾ ਵੇ, ਅਤੇ ਸਿਰਫ ਪਟਵਾਰੀ ਦੀ ਜਿਹੜਾ ਕਿ ਪਿਛਲੇ 7-8 ਮਹੀਨੇ ਤੋਂ ਜੋਬ 'ਚ ਆਇਆ ਉਹਦੀ ਛਵੀ ਖਰਾਬ ਕਰਨ ਲਈ ਕੀਤਾ ਗਿਆ ਵੇ। ਉਸ ਤੋਂ ਬਾਅਦ ਇਹ ਕੱਲ੍ਹ ਮੇਰੇ ਕੋਲ ਵੀ ਆਏ ਸੀਗੇ। ਜਦੋਂ ਮੇਰੇ ਕੋਲ ਆਏ ਤਾਂ ਸਰਪੰਚ ਇਹਨਾਂ ਨੂੰ ਨਾਲ ਲੈ ਕੇ, ਸਰਪੰਚ ਤੋਂ ਪੁੱਛਿਆ ਗਿਆ ਸੀ ਵੀ ਕੀ ਇਹ ਡੇਰੇ ਜ਼ਮੀਨ ਟ੍ਰਾਂਸਫਰ ਹੋ ਸਕਦੀ ਹੈ, ਤਾਂ ਸਰਪੰਚ ਵੀ ਉਸ ਤੋਂ ਬਾਅਦ ਸ਼ਰਮਿੰਦਾ ਜਿਹਾ ਹੋ ਕੇ ਕਹਿ ਗਿਆ ਜੀ ਗਲਤੀ ਹੋ ਗਈ, ਮੈਂ ਇਹਨਾਂ ਦੇ ਨਾਲ ਚੱਲਿਆ ਵਾਂ, ਅਤੇ ਅੱਜ ਤੋਂ ਬਾਅਦ ਇਹ ਜ਼ਮੀਨ ਦੇ ਬਾਰੇ ਮੈਂ ਕਦੀ ਇਹਨਾਂ ਦੇ ਨਾਲ ਨਹੀਂ ਚੱਲਾਂਗਾ। ਜਿੱਥੋਂ ਤੱਕ ਇਹਨਾਂ ਦੇ ਖਿਲਾਫ਼ ਪਟਵਾਰੀ ਨੇ ਤੁਸੀਂ ਕਿਹਾ ਵੀ ਕੰਮ ਬੰਦ ਕਰੀ ਬੈਠੇ ਨੇ, ਹਾਂ ਬਿਲਕੁਲ ਮੇਰੇ ਧਿਆਨ 'ਚ ਆ ਪਟਵਾਰੀ ਕੰਮ ਬੰਦ ਕਰੀ ਬੈਠੇ ਨੇ। ਤਹਿਸੀਲਦਾਰ ਸਾਹਿਬ ਵੱਲੋਂ DSP ਸਾਹਿਬ ਨੂੰ ਲਿਖਿਆ ਜਾ ਰਿਹਾ ਵੇ ਵੀ ਇਹਦੇ ਖਿਲਾਫ਼ ਜੋ ਵੀ ਬੰਦਾ ਜਿਹਨੇ ਕੱਲ੍ਹ ਇਹ ਸਰਕਾਰੀ ਕੰਮ 'ਚ ਵਿਘਨ ਪਾਇਆ ਜਾਂ ਪਟਵਾਰੀਆਂ ਦੀ ਛਵੀ ਖਰਾਬ ਕੀਤੀ ਹੈ ਜਾਂ ਵੀ ਉਹ ਗਲਤ ਕੰਮ ਕਰਨ ਲਈ ਆਪਣਾ ਅੱਗੇ ਵਧਿਆ ਵੇ ਡੇਰੇ ਜ਼ਮੀਨ ਨੂੰ ਖਾਣ ਲਈ, ਉਸ ਸੰਬੰਧੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਦੇ ਕੀਤੀ ਜਾਏ। ਸਰ ਦੇਖਿਆ ਜਾਵੇ ਉਹ ਇੱਕ ਵਾਰੀ ਜਿਹੜੀ ਉਹ ਰਜਿਸਟਰੀ ਇੱਕ ਹੋਈ ਵੀ ਹੋਈ ਆ ਉਹਦੇ ਉੱਤੇ ਕੀ ਕਹਿਣਾ ਵਾ ਜਿਹੜੀ ਪਹਿਲਾਂ ਹੋ ਚੁੱਕੀ ਆ? ਹਾਂ ਦੇਖੋ ਜੀ, 2019 ਦੇ ਵਿੱਚ ਇਹ ਜਿਹੜਾ ਚੇਲਾ ਵੇ ਸਰਪੰਚ ਹੈਗਾ ਮਹੰਤ, ਇਹਨਾਂ ਵੱਲੋਂ ਇੱਕ ਰਜਿਸਟਰੀ ਪਹਿਲਾਂ ਕਰਵਾ ਦਿੱਤੀ ਗਈ, ਉਹਦੀ ਜਿਹੜੀ ਇਹ ਕਿ ਉਸ ਮੌਕੇ 'ਤੇ ਕਿਹੜਾ ਤਹਿਸੀਲਦਾਰ ਸੀ ਜਾਂ ਕਿਹੜਾ ਪਟਵਾਰੀ ਸੀ ਉਹਦੀ ਛਾਣਬੀਣ ਕੀਤੀ ਜਾ ਰਹੀ ਹੈ, ਅਤੇ ਜਿਨ੍ਹਾਂ ਨੇ ਵੀ ਇਸ ਡੇਰੇ ਦੀ ਜ਼ਮੀਨ ਦੀ ਰਜਿਸਟਰੀ ਕੀਤੀ ਉਹਨਾਂ ਖਿਲਾਫ਼ ਕਾਰਵਾਈ ਬੰਦੀ ਕੀਤੀ ਜਾਏਗੀ। ਮੇਰਾ ਨਾਮ ਰੁਪਿੰਦਰ ਸਿੰਘ ਹੈ ਜੀ, ਪ੍ਰਧਾਨ ਦੀ ਰੈਵਨਿਊ ਪਰਿਵਾਰ ਯੂਨੀਅਨ ਤਹਿਸੀਲ ਸਮਰਾਲਾ। ਮਾਫ਼ੀਨਾਮੇ ਦੇ ਵਿੱਚ ਇਹ ਹੈ ਜੀ, ਪਿਛਲੇ 2-3 ਦਿਨਾਂ ਦੇ ਵਿੱਚ ਜਿਹੜਾ ਮਾਨਕੀ ਪਿੰਡ ਦੇ ਵਿੱਚ ਇੱਕ ਇੰਤਕਾਲ ਆਇਆ ਸੀਗਾ ਚੇਲੇ ਦੀ ਵਿਰਾਸਤ ਵਾਲਾ, ਉਹਦੇ ਵਿੱਚ ਇਹ ਵਿਰਾਸਤ ਸੀ ਜਿਹੜੀ ਗਲਤ ਸੀ, ਕੁਛ ਕੁ ਵਿਅਕਤੀ ਇਹਨੂੰ ਆਪਣਾ ਗਲਤ ਤਰੀਕੇ ਦੇ ਨਾਲ ਆਪਣੇ ਨਾਮ ਕਰਾ ਕੇ ਜਿਹੜਾ ਅੱਗੇ ਕੁਛ ਮਨਸਾ ਜੀ ਉਹਨਾਂ ਦੀ ਕਰਵਾਉਣਾ ਚਾਹੁੰਦੇ ਸੀਗੇ ਕੰਮ, ਉਹ ਗਲਤ ਸੀ ਜਿਸ ਕਰਕੇ ਉਹ ਇੰਤਕਾਲ ਨਾਮਨਜ਼ੂਰ ਹੋ ਗਿਆ, ਜਿਸ ਕਰਕੇ ਅਸੀਂ ਸਟ੍ਰਾਈਕ ਵੀ ਕੀਤੀ ਸੀਗੀ। ਉਹਨਾਂ ਨੇ ਪਟਵਾਰੀਆਂ ਦਾ ਜਿਹੜਾ ਅਕਸ਼ ਖਰਾਬ ਕੀਤਾ ਸੀਗਾ, ਪਰ ਸਾਡੇ ਮਾਣਯੋਗ SDM ਸਾਹਿਬ ਰਜਨੀਸ਼ ਅਰੋੜਾ ਜੀ ਅਤੇ ਹਰੀਸ਼ ਕੁਮਾਰ ਜੀ ਆਪਣੇ ਨਾਇਬ ਤਹਿਸੀਲਦਾਰ ਸਾਹਿਬ, ਇਹਨਾਂ ਨੇ ਸਾਨੂੰ ਉਰੇ ਬੁਲਾ ਕੇ ਉਹਨਾਂ ਬੰਦਿਆਂ ਨੂੰ ਵੀ ਬੁਲਾਇਆ,
ਉਹ ਬੰਦਿਆਂ ਨੇ ਗਲਤੀ ਮੰਨੀ ਆਪਣੀ, ਅਤੇ ਉਹ ਕਹਿੰਦੇ ਵੀ ਸਾਡੇ ਤੋਂ ਜ਼ਿਆਦਾ ਭਾਵੁਕ ਹੋ ਕੇ ਜਾਂ ਕਿਸੇ ਦੇ ਕਹਿਣ 'ਤੇ ਜੋ ਵੀ ਕੀਤਾ ਉਹ ਆਪਣੀ ਗਲਤੀ ਮੰਨ ਚੁੱਕੇ ਨੇ ਹੁਣ, ਅਤੇ ਅੱਗੇ ਤੋਂ ਉਹਨਾਂ ਨੇ ਇਹ ਵੀ ਮੰਨਿਆ ਕਿ ਅੱਗੇ ਤੋਂ ਦਫ਼ਤਰਾਂ ਦੇ ਵਿੱਚ ਜਾ ਕੇ ਇਹੋ ਜਿਹਾ ਕਿਸੇ ਵੀ ਬੁਰਾਈ ਨਾ, ਮਤਲਬ ਕੋਈ ਭੱਦੀ ਸ਼ਬਦਾਵਲੀ ਨਹੀਂ ਵਰਤਣਗੇ, ਗਲਤ ਕੰਮ ਲਈ ਨਹੀਂ ਆਉਣਗੇ। ਅਤੇ ਪਿਛਲੇ 4 ਦਿਨਾਂ ਦਾ ਜਿਹੜਾ ਡਰਾਮਾ ਖੇਲਿਆ ਜਾ ਰਿਹਾ, ਹਾਂਜੀ, ਲੋਕਾਂ ਦਾ ਨੁਕਸਾਨ ਹੈ, ਉਹਦੀ ਭਰਪਾਈ ਕੌਣ ਕਰੂਗਾ? ਦੇਖੋ ਜੀ, ਜਿਹੜੀ ਸਟ੍ਰਾਈਕ ਅਸੀਂ ਕਰੀ ਸੀ, ਅਸੀਂ ਵੀ ਨਹੀਂ ਚਾਹੁੰਦੇ ਵੀ ਆਪਾਂ ਇਹੋ ਜਿਹਾ ਕੰਮ ਕਰੀਏ, ਪਰ ਇੱਕ ਮਜ਼ਬੂਰੀ ਬਣ ਜਾਂਦੀ ਆ ਜਦੋਂ ਕੋਈ ਵੀ ਕਿਸੇ ਵੀ ਪਟਵਾਰੀ ਨਾਲ ਜਾਂ ਕੋਈ ਬਦਸਲੂਕੀ ਹੁੰਦੀ ਆ, ਗਲਤ ਕੋਈ ਗਾਲੀ ਗਲੋਚ ਕਰਦਾ, ਹੈ ਨਾ, ਤਾਂ ਅਸੀਂ ਹੁਣ ਜਿਹੜੀ ਸਟ੍ਰਾਈਕ ਆ ਉਹ ਵਾਪਸ ਲਵਾਂਗੇ, ਅਤੇ ਇਹਦਾ ਕੰਮ ਆਪਣਾ ਬਿਲਕੁਲ ਆਮ ਨੋਰਮਲ ਦਿਨਾਂ ਦੇ ਵਾਂਗ ਆ ਜਿਹੜਾ ਕੀਤਾ ਜਾਵੇ।